ਇਹ ਉਹ ਜਗ੍ਹਾ ਜਿੱਥੇ ਜਿਹੜਾ ਮੋਟਰਸਾਈਕਲ ਹੈ ਉਹ ਲਗਾ ਕੇ ਦੋਵੇਂ ਹਮਲਾਵਰ ਅੰਦਰ ਜਾਂਦੇ ਨੇ ਔਰ ਇਹ ਜਿਹੜੀ ਸੜਕ ਬਿਲਕੁਲ ਨੈਸ਼ਨਲ ਹਾਈਵੇ ਜੋ ਹੈ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਉਸ ਪਾਸੋਂ ਇਹ ਰੋਡ ਆ ਰਹੀ ਹੈ ਔਰ ਇੱਥੇ ਪਹੁੰਚ ਕੇ ਇਹ ਸੁਖਚੈਨ ਸਿੰਘ ਦਾ ਘਰ ਹੈ ਔਰ ਉੱਥੋਂ ਜਿਹੜੇ ਹਮਲਾਵਰ ਨੇ ਦੋ ਮੋਟਰਸਾਈਕਲ ਤੇ ਪਹਿਲਾਂ ਉਹ ਸਾਹਮਣੇ ਜਿੱਥੇ ਗੇਟ ਨਜ਼ਰ ਆ ਰਿਹਾ ਗ੍ਰੇ ਕਲਰ ਦਾ ਉੱਥੋਂ ਮੋਟਰਸਾਈਕਲ ਘੁਮਾ ਕੇ ਫਿਰ ਇੱਥੇ ਆਪਣੀ ਜਿਹੜੀ ਬਾਈਕ ਲਗਾ ਕੇ ਇੱਥੋਂ ਘਰ ਦੇ ਅੰਦਰ ਦਾਖਲ ਹੋ ਜਾਂਦੇ ਨੇ ਔਰ ਇੱਥੇ ਸੀਸੀਟੀਵੀ ਕੈਮਰਾ ਤੁਸੀਂ ਦੇਖ ਸਕਦੇ ਹੋ ਕਿ ਇਸ ਕੈਮਰੇ ਦਾ ਹੀ ਉਹ ਜਿਹੜਾ ਐਂਗਲ ਜਿਹੜੀ ਫੁਟੇਜ ਹੈ ਉਹ ਇਸ ਕੈਮਰੇ ਦੀ ਹੈ ਜਿਸ ਦੇ ਵਿੱਚ ਮੋਟਰਸਾਈਕਲ ਜਿਹੜਾ ਉਹਨਾਂ ਦਾ ਨਜ਼ਰ ਆ ਰਿਹਾ ਤਾਂ ਇੱਥੋਂ ਜਦੋਂ ਉਹ ਘਰ ਦੇ ਅੰਦਰ ਦਾਖਲ ਹੁੰਦੇ ਨੇ ਤਾਂ ਸਾਹਮਣੇ ਤੁਸੀਂ ਦੇਖੋ ਕਿ ਜਿਹੜੀ ਮਰਸਡੀਜ਼ ਗੱਡੀ ਨਜ਼ਰ ਆ ਰਹੀ ਹੈ ਉਸ ਦੇ ਕੋਲ ਆ ਕੇ ਉਹਨਾਂ ਵੱਲੋਂ ਜੋ ਹੈ ਉਹ ਸੁਖਚੈਨ ਸਿੰਘ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੀ ਇਸ ਗੱਡੀ ਦੀ ਆਰਸੀ ਹੈ ਉਹ ਦਿਖਾਈ ਜਾਵੇ ਤਾਂ ਸੁਖਚੈਨ ਸਿੰਘ ਵੱਲੋਂ ਸਵਾਲ ਕੀਤਾ ਜਾਂਦਾ ਕਿ ਆਖਿਰਕਾਰ ਤੁਸੀਂ ਕੌਣ ਲੋਕ ਹੋ ਤੁਸੀਂ ਕਿਉਂ ਮੇਰੇ ਕੋਲੋਂ ਗੱਡੀ ਦੀ ਆਰਸੀ ਦੀ ਮੰਗ ਕਰ ਰਹੇ ਹੋ ਔਰ ਇਹ ਵੀ ਗੱਲ ਪੁੱਛੀ ਗਈ ਕਿ ਇਸ ਦੇ ਪੇਪਰ ਕਿੰਨੇ ਦੇ ਤਿਆਰ ਕਰਵਾਏ ਗਏ ਤਾਂ ਇੱਥੋਂ ਤੁਸੀਂ ਦੇਖੋ ਕਿ ਕਾਫੀ ਸਮਾਂ ਲੱਗਦਾ ਕਿਉਂਕਿ ਵੱਡਾ ਘਰ ਹੈ ਔਰ ਘਰ ਦਾ ਇਹ ਪੂਰਾ ਜਿਹੜਾ ਵਿਹੜਾ ਅਸੀਂ ਕਹਿ ਸਕਦੇ ਹਾਂ ਔਰ ਇੱਥੇ ਬਿਲਕੁਲ ਸਾਹਮਣੇ ਜਿੱਥੇ ਤੁਸੀਂ ਦੇਖੋ ਬਰਾਊਨ ਕਲਰ ਦਾ ਦਰਵਾਜ਼ਾ ਹੈ ਤਾਂ ਉੱਥੇ ਹਾਲਾਂਕਿ ਹੁਣ ਪੁਲਿਸ ਵੱਲੋਂ ਜਿਹੜੀ ਜਾਂਚ ਕੀਤੀ ਗਈ ਇੱਥੇ ਪਹਿਲਾਂ ਸਵੇਰੇ ਜਿਹੜੇ ਕੁਝ ਬਲੱਡ ਦੇ ਨਿਸ਼ਾਨ ਵੀ ਨਜ਼ਰ ਆ ਰਹੇ ਸੀ ਤਾਂ ਇੱਥੋਂ ਠੀਕ ਅੰਦਰ ਜਿਹੜੀ ਲੌਬੀ ਹੈ ਉੱਥੇ ਤੱਕ ਪਹੁੰਚ ਜਾਂਦੇ ਨੇ ਤਾਂ ਇਹ ਜਿਹੜਾ ਅਸੀਂ ਘਰ ਦੇ ਬਾਹਰ ਤੋਂ ਪੂਰਾ ਤੁਹਾਨੂੰ ਦਿਖਾ ਰਹੇ ਹਾਂ ਦ੍ਰਿਸ਼ ਕਿ ਇੱਥੋਂ ਜਦੋਂ ਇਹ ਅੰਦਰ ਜਾਂਦੇ ਨੇ ਤਾਂ ਅੰਦਰ ਇਹ ਲੌਬੀ ਹੈ ਤਾਂ ਪਰਿਵਾਰ ਜਿਹੜਾ ਆਮ ਦਿਨਾਂ ਦੇ ਵਾਂਗ ਘਰ ਦੇ ਵਿੱਚ ਮੌਜੂਦ ਸੀ ਤਾਂ ਸਵੇਰੇ ਕਿਉਂਕਿ ਜੋ ਜਾਣਕਾਰੀ ਦਿੱਤੀ ਕਿ ਬ੍ਰਸ਼ ਕਰਨ ਤੋਂ ਬਾਅਦ ਹਰ ਰੋਜ਼ ਦੀ ਤਰ੍ਹਾਂ ਸੁਖਚੈਨ ਸਿੰਘ ਜੋ ਨੇ ਉਹ ਜਿਮ ਦੇ ਲਈ ਜਾਂਦੇ ਸੀ ਤਾਂ ਇਸ ਥਾਂ ਦੀ ਉਹ ਤਸਵੀਰ ਹੈ ਜਿਹੜੀ ਲਗਾਤਾਰ ਹਰ ਕੋਈ ਦੇਖ ਰਿਹਾ ਔਰ ਉਸ ਵੇਲੇ ਜਿਹੜੇ ਉਹਨਾਂ ਦੇ ਬਜ਼ੁਰਗ ਮਾਤਾ ਨੇ ਉਹ ਵੀ ਰੋਕਣ ਦੀ ਕੋਸ਼ਿਸ਼ ਕਰਦੇ ਨੇ ਸੁਖਚੈਨ ਸਿੰਘ ਦੀ ਜਿਹੜੀ ਪਤਨੀ ਹੈ ਉਸ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇੱਥੋਂ ਦੀ ਇਸ ਜਗ੍ਹਾ ਦੀ ਇਹ ਜਿਹੜਾ ਬੈੱਡਰੂਮ ਹੈ ਇਸ ਬੈੱਡਰੂਮ ਦੇ ਬਿਲਕੁਲ ਉੱਤੇ ਸੀਸੀਟੀਵੀ ਕੈਮਰਾ ਔਰ ਸਾਹਮਣੇ ਜਿਹੜੀ ਲੌਬੀ ਨਜ਼ਰ ਆ ਰਹੀ ਜੇਕਰ ਮੈਂ ਇਸ ਥਾਂ ਤੋਂ ਆ ਕੇ ਦਿਖਾਊਂਗਾ ਕੈਮਰੇ ਦੇ ਜ਼ਰੀਏ ਤਾਂ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਕਿ ਇਸ ਐਂਗਲ ਤੋਂ ਜਿਹੜਾ ਇਸ ਪਾਸੇ ਨੂੰ ਦਿਖਾਇਆ ਜਾਵੇ ਕਿਉਂਕਿ ਇਸ ਪਾਸੇ ਜਿਹੜੀ ਪੂਰਾ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਕਿ ਇਸੇ ਜਗ੍ਹਾ 'ਤੇ ਹੀ ਪੂਰੀ ਜਿਹੜੀ ਉਹਨਾਂ ਵੱਲੋਂ ਗੋਲੀ ਚਲਾਉਣ ਦੀ ਜਿਹੜੀ ਵਾਰਦਾਤ ਹੈ ਉਸ ਨੂੰ ਅੰਜਾਮ ਦਿੱਤਾ ਗਿਆ ਤਾਂ ਪੂਰਾ ਜਿੱਥੇ ਇਸ ਘਟਨਾ ਤੋਂ ਬਾਅਦ ਹਰ ਕੋਈ ਹੈਰਾਨ ਹੈ ਤਾਂ ਪਰਿਵਾਰ ਕਿਤੇ ਨਾ ਕਿਤੇ ਸਹਿਮਿਆ ਹੋਇਆ ਕਿਉਂਕਿ ਛੋਟੇ ਬੱਚੇ ਘਰ ਦੇ ਵਿੱਚ ਮੌਜੂਦ ਸੀ ਦੋ ਬੱਚੇ ਨੇ ਉਹਨਾਂ ਦੀ ਇੱਕ ਬੇਟੀ ਹੈ ਇੱਕ ਬੇਟਾ ਹੈ ਤਾਂ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਉਹ ਉਸ ਵੇਲੇ ਉਹਨਾਂ ਨੂੰ ਵੀ ਸਮਝ ਨਹੀਂ ਆਈ ਕਿ ਆਖਿਰਕਾਰ ਕੀ ਉਹ ਬਣ ਕੀ ਗਿਆ ਕਿਉਂਕਿ ਦੋਵੇਂ ਜਿਹੜੇ ਹਮਲਾਵਰ ਨੇ ਉਹਨਾਂ ਨੇ ਆਪਣੇ ਚਿਹਰੇ ਜਿਹੜੇ ਹੈ ਉਹ ਵੀ ਕਵਰ ਨਹੀਂ ਸੀ ਕੀਤੇ ਹੋਏ ਤਾਂ ਉਹ ਆ ਕੇ ਸਿੱਧਾ ਤੇ ਸਿੱਧੇ ਤੌਰ ਤੇ ਉਹਨਾਂ ਦਾ ਜਿਹੜਾ ਟਾਰਗੇਟ ਹੈ ਉਹ ਸਿਰਫ ਤੇ ਸਿਰਫ ਸੁਖਚੈਨ ਸਿੰਘ ਹੀ ਹੈ ਕਿਉਂਕਿ ਸੁਖਚੈਨ ਸਿੰਘ ਦੇ ਉੱਪਰ ਹੀ ਉਹਨਾਂ ਵੱਲੋਂ ਜਿਹੜੀਆਂ ਸਿੱਧੇ ਤੌਰ ਤੇ ਆ ਕੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਹਾਲਾਂਕਿ ਇਹ ਗੋਲੀ ਜਿਹੜੀ ਹੈ ਉਹ ਪਰਿਵਾਰ ਦੇ ਕਿਸੇ ਹੋਰ ਜੀ ਨੂੰ ਵੀ ਲੱਗ ਸਕਦੀ ਸੀ ਤਾਂ ਬਿਲਕੁਲ ਇੱਕ ਹੁਣ ਆਡੀਓ ਕਾਲ ਜਿਹੜੀ ਹੈ ਉਹ ਅਮਰੀਕਾ ਤੋਂ ਇਹਨਾਂ ਦੇ ਬੇਟੇ ਵੱਲੋਂ ਭੇਜੀ ਗਈ ਹੈ ਜਿਸ ਦੇ ਵਿੱਚ ਧਮਕੀਆਂ ਲਗਾਉਣ ਦੀ ਜਿਹੜੀ ਗੱਲ ਕਹੀ ਜਾ ਰਹੀ ਹੈ ਗੋਲੀਆਂ ਮਾਰਨ ਦੀ ਗੱਲ ਕੀਤੀ ਗਈ ਹੈ ਉਸ ਦੇ ਵਿੱਚ ਹਾਲਾਂਕਿ ਜਿਹੜੀਆਂ ਅਸ਼ਲੀਲ ਸ਼ਬਦਾਂ ਦਾ ਵੀ ਇਸਤੇਮਾਲ ਉਸ ਦੇ ਵਿੱਚ ਕੀਤਾ ਗਿਆ ਹੈ ਗਾਲਾਂ ਕੱਢੀਆਂ ਜਾ ਰਹੀਆਂ ਨੇ ਤਾਂ ਇਹ ਉਹਨਾਂ ਦੇ ਜਿਹੜੇ ਮਾਤਾ ਜੀ ਨੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਬੇਟਾ ਅਮਰੀਕਾ ਦੇ ਵਿੱਚ ਰਹਿ ਰਿਹਾ ਕਿਉਂਕਿ ਪੁਲਿਸ ਕਮਿਸ਼ਨਰ ਨੇ ਵੀ ਜਾਣਕਾਰੀ ਦਿੱਤੀ ਸੀ ਕਿ ਜਿਹੜਾ ਪਹਿਲੀ ਜਦੋਂ ਪਤਨੀ ਦਾ ਮਾਮਲਾ ਸੀ ਤਾਂ 4 ਲੋਕਾਂ ਦੇ ਖਿਲਾਫ FIR ਦਰਜ ਕੀਤੀ ਗਈ ਸੀ ਜਦਕਿ ਬਾਕੀ ਜਿਹੜੇ ਲੋਕ ਬਾਹਰ ਸੀ ਤਾਂ ਮਾਤਾ ਜੀ ਦੇ ਖਿਲਾਫ ਹੀ
ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ ਤਾਂ ਉਸ ਵੇਲੇ ਵੀ ਇਹਨਾਂ ਦਾ ਕਹਿਣਾ ਕਿ ਫੋਨ ਕਰਕੇ ਧਮਕੀਆਂ ਜਿਹੜੀਆਂ ਨੇ ਅਕਸਰ ਦਿੱਤੀਆਂ ਜਾਂਦੀਆਂ ਸੀ ਤਾਂ ਹੁਣ ਹਰ ਕੋਈ ਜਿਹਨੂੰ ਵੀ ਪਤਾ ਲੱਗ ਰਿਹਾ ਉਹ ਆ ਕੇ ਪਰਿਵਾਰ ਦੇ ਨਾਲ ਇਸ ਘਟਨਾ ਨੂੰ ਲੈ ਕੇ ਦੁੱਖ ਜ਼ਾਹਿਰ ਕਰਦਾ ਹੋਇਆ ਨਜ਼ਰ ਆ ਰਿਹਾ। ਤਾਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਜਿਹੜੇ ਆਗੂ ਨੇ ਉਹ ਪਹੁੰਚੇ ਨੇ ਤਾਂ ਸਵੇਰ ਤੋਂ ਹੀ ਜਿਹਨੂੰ ਵੀ ਇਸ ਘਟਨਾ ਬਾਰੇ ਪਤਾ ਲੱਗਦਾ ਤਾਂ ਉਹ ਹੈਰਾਨ ਜ਼ਰੂਰ ਹੁੰਦਾ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਘਰ ਦੇ ਅੰਦਰ ਹੀ ਆ ਕੇ ਤਾਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਜਿਹੜੇ ਆਗੂ ਨੇ ਉਹ ਪਹੁੰਚੇ ਨੇ ਉਹਨਾਂ ਤੋਂ ਵੀ ਅਸੀਂ ਗੱਲਬਾਤ ਕਰਕੇ ਜਾਣਦੇ ਹਾਂ। ਸਰ, ਪੂਰੀ ਘਟਨਾ ਜਿਹੜੀ ਹੈ ਇਸ ਥਾਂ 'ਤੇ ਜਿੱਥੇ ਇਸ ਵੇਲੇ ਅਸੀਂ ਮੌਜੂਦ ਹਾਂ ਇੱਥੇ ਹੀ ਪੂਰਾ ਘਟਨਾਕ੍ਰਮ ਵਾਪਰਿਆ ਤਾਂ ਬੜਾ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲਾ ਕਿ ਘਰ ਦੇ ਅੰਦਰ ਆ ਕੇ ਇੱਕ ਸ਼ਖਸ ਨੂੰ ਨਿਸ਼ਾਨਾ ਬਣਾਇਆ ਜਾਂਦਾ। ਇਹ ਬਹੁਤ ਮਾੜੀ ਘਟਨਾ ਵਾਪਰੀ ਆ। ਜੋ ਹੀ ਸਾਨੂੰ ਪਤਾ ਲੱਗਾ ਅਸੀਂ ਪਹੁੰਚੇ ਹਾਂ ਅਤੇ ਬਾਕੀ ਜਿਹੜੀ ਪੁਲਿਸ ਆ ਉਹ ਬਹੁਤ ਵੱਡੇ ਪੱਧਰ 'ਤੇ ਇਹਨਾਂ ਦੀ ਬੰਦਿਆਂ ਦੀ ਭਾਲ ਕਰਨ ਰਹੀ ਆ ਅਤੇ ਛੇਤੀ ਹੀ ਬੰਦੇ ਜਿਹੜੇ ਉਹਨਾਂ ਨੇ ਗ੍ਰਿਫਤਾਰ ਕਰ ਲੈਣੇ ਆ। ਪੁਲਿਸ ਕਮਿਸ਼ਨਰ ਵੀ ਪਹੁੰਚੇ ਸੀ ਔਰ ਮਾਤਾ ਜੀ ਨਾਲ ਵੀ ਉਹਨਾਂ ਵੱਲੋਂ ਗੱਲਬਾਤ ਕੀਤੀ ਗਈ ਔਰ ਇਹ ਵੀ ਗੱਲ ਸਾਹਮਣੇ ਆਈ ਕਿ ਦੋ ਨਹੀਂ ਬਲਕਿ ਤਿੰਨ ਲੋਕ ਜਿਹੜੇ ਇਸ ਪੂਰੀ ਘਟਨਾ ਦੇ ਵਿੱਚ। ਮੈਂ ਕਿਹਾ ਜੀ ਇਹ ਤਫਤੀਸ਼ ਦਾ ਵਿਸ਼ਾ ਪੁਲਿਸ ਦਾ, ਕਮਿਸ਼ਨਰ ਸਾਹਿਬ ਆਪ ਖੁਦ ਆਏ ਆ, ਬਾਕੀ ਅਸੀਂ ਸਾਨੂੰ ਵੀ ਹਮਦਰਦੀ ਆਮ ਆਦਮੀ ਪਾਰਟੀ ਨੂੰ, ਬਟ ਇਹ ਛੇਤੀ ਟਰੇਸ ਕਰ ਲਏ ਜਾਣਗੇ, ਛੇਤੀ ਫੜ ਲਏ ਜਾਣਗੇ ਬੰਦੇ। ਆਖਰੀ ਸਵਾਲ, ਸਰਕਾਰ ਤੁਹਾਡੀ ਇਸ ਵੇਲੇ ਤੁਹਾਨੂੰ ਲੱਗਦਾ ਕਿ ਜਲਦ ਇਹਨਾਂ ਲੋਕਾਂ ਨੂੰ ਇਨਸਾਫ ਵੀ ਮਿਲੇਗਾ ਔਰ ਉਹਨਾਂ ਲੋਕਾਂ ਦੇ ਚਿਹਰੇ ਵੀ ਬੇਨਕਾਬ? ਬਹੁਤ ਛੇਤੀ ਜਲਦ ਇਨਸਾਫ ਮਿਲੇਗਾ ਅਤੇ ਵੱਧ ਤੋਂ ਵੱਧ ਇਹਨਾਂ ਨੂੰ ਸਜ਼ਾ ਵੀ ਕਰਾਈ ਜਾਏਗੀ। ਬਿਲਕੁਲ, ਇਹ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਆਗੂ ਨੇ ਜਿਨ੍ਹਾਂ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਖੁਦ ਇੱਥੇ ਪਹੁੰਚੇ ਨੇ ਕਿਉਂਕਿ ਇਸ ਇਲਾਕੇ ਦੇ ਜਿਹੜੇ ਵਿਧਾਇਕ ਨੇ ਜੀਵਨਜੋਤ ਕੌਰ ਉਹਨਾਂ ਦੀ ਇਹ ਟੀਮ ਹੈ ਜਿਹੜੇ ਇਸ ਵੇਲੇ ਪਰਿਵਾਰ ਦੇ ਨਾਲ, ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸੁਖਚੈਨ ਸਿੰਘ ਦੇ ਮਾਤਾ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਤਾਂ ਮੈਂ ਇੱਕ ਵਾਰ ਫਿਰ ਉਸ ਥਾਂ ਤੋਂ ਦਿਖਾਉਣਾ ਚਾਹੁੰਦਾ ਤਸਵੀਰ ਕਿ ਇਸ ਜਗ੍ਹਾ 'ਤੇ ਜਿਹੜੀ ਲੌਬੀ ਦੀ ਇਹ ਐਂਟਰੈਂਸ ਹੈ ਔਰ ਇੱਥੋਂ ਹੀ ਉਹਨਾਂ ਵੱਲੋਂ ਜੋ ਹੈ ਸੁਖਚੈਨ ਸਿੰਘ ਨੂੰ ਗਨ ਪੁਆਇੰਟ 'ਤੇ ਲੈ ਲਿਆ ਜਾਂਦਾ। ਹਾਲਾਂਕਿ ਸੁਖਚੈਨ ਸਿੰਘ ਦੇ ਜੋ ਧਰਮ ਪਤਨੀ ਹੈ ਉਹਨਾਂ ਦੇ ਨਾਲ ਵੀ ਅਸੀਂ ਸਵੇਰੇ ਸਭ ਤੋਂ ਪਹਿਲਾਂ ਗੱਲ ਕੀਤੀ ਸੀ ਤਾਂ ਉਹਨਾਂ ਨੇ ਵੀ ਦੱਸਿਆ ਕਿ ਉਹਨਾਂ ਨੂੰ ਵੀ ਗਨ ਪੁਆਇੰਟ 'ਤੇ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਬੜੀ ਬਹਾਦਰੀ ਦੇ ਨਾਲ ਉਹਨਾਂ ਨੇ ਖੁਦ ਨੂੰ ਜੋ ਹੈ ਉਹ ਸੇਫ ਵੀ ਕੀਤਾ ਔਰ ਆਪਣੇ ਪਤੀ ਨੂੰ ਵੀ ਉਹ ਆਪ ਉਸ ਕਮਰੇ ਦੇ ਵਿੱਚ ਲੈ ਜਾਂਦੇ ਨੇ ਜਿਸ ਤੋਂ ਬਾਅਦ ਜਿਹੜੀ ਸਭ ਤੋਂ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਜਿਹੜੀ ਹੈਰਾਨ ਕਰਨ ਵਾਲੀ ਗੱਲ ਵੀ ਹੈ ਔਰ ਖੁਸ਼ਕਿਸਮਤੀ ਵੀ ਵਾਲੀ ਵੀ ਗੱਲ ਇਹ ਹੈ ਕਿ ਸੁਖਚੈਨ ਸਿੰਘ ਨੂੰ ਜਿਹੜੇ ਹਮਲਾਵਰ ਫਾਇਰ ਜਿਹੜੇ ਉਹਨਾਂ ਦੇ ਉੱਤੇ ਕਰ ਰਹੇ ਸੀ ਤਾਂ ਦੋ ਗੋਲੀਆਂ ਚਲਾਉਣ ਤੋਂ ਬਾਅਦ ਤੀਸਰਾ ਜਿਹੜਾ ਰਾਊਂਡ ਹੈ ਤੀਸਰੀ ਬੁਲਟ ਜਿਹੜੀ ਹੈ ਉਹ ਉਸਦੇ ਵਿੱਚ ਵੈਪਨ ਦੇ ਵਿੱਚ ਫਸ ਜਾਂਦੀ ਹੈ ਜਿਸ ਕਰਕੇ ਉਹਨਾਂ ਵੱਲੋਂ ਹੋਰ ਫਾਇਰਿੰਗ ਜਿਹੜੀ ਹੈ ਉਹ ਨਹੀਂ ਕੀਤੀ ਗਈ। ਤਾਂ ਫਾਇਰਿੰਗ ਉਹਨਾਂ ਦੀ ਜਿਹੜੀ ਮੰਸ਼ਾ ਹੈ ਉਹ ਇਹ ਸੀ ਕਿ ਹੋਰ ਜ਼ਿਆਦਾ ਫਾਇਰ ਕੀਤੇ ਜਾਣ ਪਰ ਜੇਕਰ ਜ਼ਿਆਦਾ ਫਾਇਰਿੰਗ ਕੀਤੀ ਜਾਂਦੀ ਅੰਨੇਵਾਹ ਫਾਇਰਿੰਗ ਕੀਤੀ ਜਾਂਦੀ ਤਾਂ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਉਸਦਾ ਨੁਕਸਾਨ ਜਿਹੜਾ ਉਹ ਹੋ ਸਕਦਾ ਸੀ। ਤਾਂ ਜਿਹੜੀ ਹੁਣ ਇੱਕ ਆਡੀਓ ਕਲਿੱਪ ਸੁਖਚੈਨ ਸਿੰਘ ਦੀ ਮਾਤਾ ਨੇ ਦੱਸੀ ਕਿ ਉਹਦੇ ਬੇਟੇ ਨੇ ਉਹਨਾਂ ਦੇ ਬੇਟੇ ਨੇ ਭੇਜੀ ਅਮੈਰੀਕਾ ਤੋਂ ਤਾਂ ਇਹ ਉਹਨਾਂ ਲੋਕਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਜਿਹੜੇ ਕਿ ਸੁਖਚੈਨ ਸਿੰਘ ਦੀ ਪਹਿਲੀ ਪਤਨੀ ਦਾ ਜਿਹੜਾ ਪਰਿਵਾਰ ਸੀ ਕਿਉਂਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਜੋ ਸੁਖਚੈਨ ਸਿੰਘ ਦੀ ਪਹਿਲੀ ਪਤਨੀ ਸੀ ਉਸ ਪਰਿਵਾਰ ਟਾਂਡਾ ਦੇ ਨੇੜੇ ਬੈਂਸਾ ਪਿੰਡ ਹੈ ਉੱਥੋਂ ਦੇ ਰਹਿਣ ਵਾਲੇ ਨੇ ਔਰ ਉਹਨਾਂ ਦੇ ਵੀ ਕੁਝ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਵਿਦੇਸ਼ ਦੇ ਵਿੱਚ ਨੇ ਯਾਨੀ ਕਿ ਉਹ ਵੀ ਇੱਕ NRI ਪਰਿਵਾਰ ਹੈ ਤਾਂ ਉਹਨਾਂ ਦੀ ਆਪਸ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕਿਤੇ ਨਾ ਕਿਤੇ ਰੰਜਿਸ਼ ਜਿਹੜੀ ਹੈ ਉਹ ਚੱਲ ਰਹੀ ਸੀ ਧਮਕੀਆਂ ਜਿਹੜੀਆਂ ਨੇ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੀ ਔਰ ਪੁਲਿਸ ਕਮਿਸ਼ਨਰ ਨੇ ਵੀ ਉਸ ਖਾਸ ਮਾਮਲੇ ਦਾ ਜ਼ਿਕਰ ਕੀਤਾ ਕਿਉਂਕਿ ਉਸਦੇ ਵਿੱਚ ਸੁਖਚੈਨ ਸਿੰਘ ਦੀ ਮਾਤਾ ਵੀ ਨਾਮਜ਼ਦ ਸੀ